ਟਾਰਗੇਟ ਆ ਕਰੋਨਾ ਤੋਂ ਪੀੜਤ ਦੁਨੀਆਂ ਤੇ ਗੁਰੂ ਕਾ ਲੰਗਰ, ਗੁਰੂ ਕੀ ਮੱਤ, ਗੁਰੂ ਕਾ ਇਤਿਹਾਸ, ਗੁਰੂ ਦੀ ਪਰੰਪਰਾ, ਗੁਰੂ ਦੀ ਬਖਸ਼ੀ ਮਰਿਆਦਾ ਉਹ ਅੱਜ ਸੰਸਾਰ ਤੇ ਹਾਵੀ ਹੋਈ ਪਈ ਹੈ। ਆਪਣੇ ਆਪ ਦੁਨੀਆਂ ਕਹਿ ਰਹੀ ਹੈ, ਜਿਨ੍ਹਾਂ ਨੂੰ ਗੁਰਮਤ ਦੇ ਅਸੂਲ ਦਾ ਨਹੀਂ ਪਤਾ ਉਹ ਵਿਗਿਆਨੀ ਲੋਕ ਕਹਿ ਰਹੇ ਹੈ ਆਹਾ ਆਹਾ ਕਰਮ ਕਰੋ ਭਾਈ, ਜਿਹੜੇ ਕਰਮ ਗੁਰੂ ਨਾਨਕ ਦੇ ਦਰ ਨੇ ਅੱਜ ਤੋਂ ਸਦੀਆਂ ਪਹਿਲਾਂ ਦੱਸੇ ਸੀ ਇਹੋ ਜਿਹੇ ਕਰਮ ਰੱਖਿਓ ਗੁਰਸਿੱਖੋ, ਤੁਹਾਨੂੰ ਕੋਈ ਮਹਾਮਾਰੀ ਨਹੀਂ ਮਾਰੂਗੀ, ਤੁਹਾਨੂੰ ਕੋਈ ਬਿਮਾਰੀ ਨਹੀਂ ਮਾਰੂਗੀ। ਅੱਜ ਦੁਨੀਆ ਕਰਲਾ ਕਰਲਾ ਕੇ ਕਹਿ ਰਹੀ ਆ ਉਹ ਦੇਸ਼ ਜਿਹੜੇ ਆਪਣੇ ਆਪ ਨੂੰ ਅਗਾਂਹ ਵਧੂ ਅਪਗ੍ਰੇਡ ਦੇਸ਼ ਕਹਿੰਦੇ ਆ, ਉਹ ਕਹਿੰਦੇ ਆ ਕਿ ਉਹ ਮਰਿਆਦਾ ਧਾਰੋ ਜਿਹੜੀ ਗੁਰੂ ਨੇ ਮੱਤ ਬਖਸ਼ੀ ਹੈ। ਉਹਨਾਂ ਨੂੰ ਨਹੀਂ ਪਤਾ, ਪਰ ਜਦੋਂ ਉਹ ਕਹਿੰਦੇ ਆ ਨਾ ਉਦੋਂ ਏਦਾਂ ਲੱਗਦਾ ਮੇਰੇ ਗੁਰੂ ਦੀ ਵਡਿਆਈ ਇੰਨੀ ਵੱਡੀ। ਜਿਹੜੀ ਅੱਜ ਵਿਗਿਆਨੀ ਪੂਰਾ ਜਦੋਂ ਗਲ ਫਾਹਾ ਪੈ ਚੁੱਕਾ ਹੈ ਉਹਨਾਂ ਦੇ ਸਿਰ ਤੇ ਮੌਤ ਦੀ ਤਲਵਾਰ ਲਟਕਦੀ ਆ ਉਹਨਾਂ ਦੇ ਸਿਰ ਤੇ, ਅੱਜ ਉਹ ਕਹਿ ਰਹੇ ਹੈ ਕਿ ਆਹਾ ਮਰਿਆਦਾ ਭਾਈ ਏਦਾਂ ਕਰੋ, ਏਦਾਂ ਮਿਲੋ, ਏਦਾਂ ਕਰੋ। ਅੱਜ ਉਹ ਗੱਲਾਂ ਕਹਿ ਰਹੇ ਹੈ ਜਿਹੜੀ ਮੱਤ ਮਹਾਰਾਜ ਨੇ ਗੁਰ ਮੱਤ ਬਣਾ ਕੇ ਦਿੱਤੀ ਸੀ। ਗੁਰੂ ਨੇ ਇਹ ਮੱਤ ਇਹੋ ਜਿਹੀ ਬਣਾ ਕੇ ਦੇ ਦਿੱਤੀ, ਗੁਰੂ ਨੇ ਉਦੋਂ ਬਖਸ਼ ਦਿੱਤੀ ਇਹ ਮੱਤ ਜਦੋਂ ਭਾਈ ਮਹਾਰਾਜ ਪਾਤਸ਼ਾਹ ਜੀ ਨੇ ਪਿਆਰ ਨਾਲ ਹੀ ਬਖਸ਼ਤੀ। ਜਿਵੇਂ ਆਪਣੇ ਪੁੱਤ ਨੂੰ ਕੋਈ ਬਾਪ ਸਮਝਾਉਂਦਾ ਨਾ, ਪੁੱਤ ਮੇਰੇ ਤੋਂ ਬਾਅਦ ਇੱਦਾਂ ਕਰੀ, ਇੱਦਾਂ ਰਹੀ, ਇਹੋ ਜਿਹਾ ਤੇਰਾ ਚਾਲ ਚੱਲਣ ਹੋਵੇ, ਇਹੋ ਜਿਹਾ ਤੇਰਾ ਵਿਰਤ ਵਿਹਾਰ ਹੋਵੇ, ਇਹੋ ਜਿਹਾ ਤੇਰੇ ਸੰਸਕਾਰ ਫੁਰਨੇ, ਕਿਰਿਆ ਕਰਮ ਮਰਿਆਦਾ ਹੋਵੇ, ਇੱਦਾਂ ਲੈਣ ਦੇਣ ਰੱਖੀ ਦੁਨੀਆਂ ਦੇ ਨਾਲ। ਇੱਕ ਬਾਪ ਆਪਣੇ ਭਾਈ ਪੁੱਤਰ ਨੂੰ ਸਮਝਾਉਂਦਾ, ਇਵੇਂ ਸਾਡੇ ਪਿਤਾ ਗੁਰੂ ਕਲਗੀਧਰ ਪਿਤਾ ਜੀ ਸਾਨੂੰ ਜਾਂਦੇ ਹੀ ਸਮਝਾ ਗਏ, ਖਾਲਸਾ ਜੀ ਆਗੇ ਆਵਤ ਸਿੰਘ ਜੋ ਪਾਵ ਹੈ, ਵਾਹਿਗੁਰੂ ਜੀ ਕੀ ਫਤਿਹ ਗਜਾਵੈ। ਅੱਗੇ ਆਉਂਦਾ ਸਿੰਘ ਉਹਨੂੰ ਦੇਖ ਕੇ ਵਾਹਿਗੁਰੂ ਜੀ ਕੀ ਫਤਿਹ ਗਜਾਈ, ਤੈਨੂੰ ਮਾਨਸਿਕ ਤਸੱਲੀ ਖੁਸ਼ੀ ਮਿਲ ਜਾਏਗੀ, ਉਹਨੂੰ ਮਿਲ ਜਾਏਗੀ। ਇੱਥੇ ਇਹ ਨਹੀਂ ਆਖਿਆ ਮਹਾਰਾਜ ਨੇ ਵੀ ਹੱਥ ਮਲਾਈ ਤੂੰ ਗਲੇ ਮਿਲੀ, ਤੂੰ ਕੁਛ ਨਹੀਂ ਆਖਿਆ ਭਾਈ, ਫਤਿਹ ਗਜਾਉਣ ਦਾ ਵਰਣਨ ਹੈ। ਅੱਜ ਦੁਨੀਆਂ ਕਹਿ ਰਹੀ ਹੈ ਇਹ ਗੱਲਾਂ ਜਿਹੜੀਆਂ ਮਹਾਰਾਜ ਉਦੋਂ ਪਿਆਰ ਨਾਲ ਹੀ ਸਮਝਾ ਗਏ, ਪਿਆਰ ਨਾਲ ਹੀ। ਇੱਕ ਨਹੀਂ ਭਾਈ, ਸਾਰੀਆਂ ਜਿੰਨੀਆਂ ਮਰਿਆਦਾ ਗੁਰੂ ਘਰ ਦੀਆਂ ਮਹਾਰਾਜ ਨੇ ਪਿਆਰ ਨਾਲ ਸਮਝਾਈਆਂ। ਅੱਜ ਦੁਨੀਆਂ ਦੇ ਜਦੋਂ ਹਲਕ 'ਚ ਗੂਠਾ ਆਇਆ, ਅੱਜ ਦੁਨੀਆਂ ਉਹ ਮਰਿਆਦਾ ਨੂੰ ਫੋਲੋ ਕਰ ਰਹੀ ਹੈ। ਕਿਉਂ ਕਰ ਰਹੀ ਹੈ? ਹੁਣ ਭਾਈ ਅੱਗੇ ਜਾਮ ਦੀਨੇ ਆ ਤੇ ਮਹਾਰਾਜ ਨੇ ਮੱਤ ਦਿੱਤੀ ਗੁਰੂ, ਗੁਰੂ ਮਹਾਰਾਜ ਨੇ ਗੁਰ ਮੱਤ ਬਣਾ ਕੇ ਬਖਸ਼ ਦਿੱਤੀ। ਗੁਰੂ ਕਿਆ ਸਿੱਖਾ? ਸਹਿਜ ਵਿੱਚ ਹੀ ਰਿਲੈਕਸ ਰਹਿ ਕੇ